ਮੈਨੇ ਤਾਂ ਪੈਸਾ ਨਹੀਂ ਕਦੀ ਲਿਆ, ਨਾ ਮੈਨੇ ਅੱਗੇ ਕਦੀ ਲੈਣਾ, ਨਾ ਮੈਨੇ ਇੰਸਟੀਟਿਊਟ ਦਾ ਕਦੀ ਕੋਈ ਪੈਸਾ ਲੈਣਾ। ਜਿਵੇਂ ਮੇਰੇ ਕੋਲ ਕੰਮ ਨਹੀਂ ਹੈ, ਹੁਣ ਮੈਂ 6 ਮਹੀਨੇ 4 ਮਹੀਨੇ ਕੋਲ ਨਹੀਂ ਆਰਡਰ ਆ ਰਿਹਾ, ਤਾਂ ਮੈਂ ਆਪਣਾ ਇੰਸਟੀਟਿਊਟ ਖੋਲ੍ਹਾਂ, ਮੇਰੇ ਕੋਲ ਤਾਂ ਢੇਰ ਲੱਗ ਜਾਏਗਾ, ਕਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਾਂ। ਮੈਨੇ ਕੀ ਰੱਖਣਾ, 3 ਮਹੀਨੇ ਦਾ, 6 ਮਹੀਨੇ ਦਾ, ਸਾਲ ਦਾ? ਮੈਂ ਲੱਖ ਲੱਖ ਰੁਪਇਆ ਇਕੱਠਾ ਕਰ ਲਾਂਗਾ ਸਾਲ ਦਾ ਆਰਾਮ ਨਾਲ। ਮੈਨੂੰ 30,000 ਰੁਪਇਆ ਮਹੀਨਾ ਦੇਣ ਨੂੰ ਤਿਆਰ ਬੈਠੇ ਹਾਂ ਲੋਕ, ਪਰ ਉਹ ਕਿਆ, ਉਹ ਪੈਸਾ ਸਿਖਾਈ ਦਾ, ਆਪਣਾ ਗੁਣ ਦੇਣਾ, ਉਹਦਾ ਪੈਸਾ ਲਾਉਣ? ਵਿਚਾਰੇ ਕੋਈ ਐਸੇ ਟੁੱਟੇ ਹੋਏ ਆਣਗੇ, ਉਹਨਾਂ ਤੋਂ ਮੈਂ ਪੈਸੇ ਕਿਵੇਂ ਲੈ? ਸਾਰੀਆਂ ਸਰਕਾਰਾਂ ਆ ਕੇ ਚਲੀ ਗਈਆਂ, ਚਾਹੇ ਕਾਂਗਰਸ, ਚਾਹੇ ਆਮ ਆਦਮੀ ਪਾਰਟੀ, ਚਾਹੇ ਅਕਾਲੀ ਪਾਰਟੀ, ਸਭ ਆ ਕੇ ਚਲੇ ਗਏ, ਸਭ ਨੇ ਦੇਖ ਲਿਆ ਕੰਮ, ਸਭ ਦੇ ਕੋਲ ਫੋਟੋਆਂ ਲੱਗੀਆਂ ਪਈਆਂ, ਪਰ ਕੋਈ ਪੁੱਛਦਾ ਨਹੀਂ ਹੈ, ਕੋਈ ਦੇਖਦਾ ਨਹੀਂ, ਕੋਈ ਸਟੇਟ ਅਵਾਰਡ ਤੱਕ ਨਹੀਂ ਮਿਲਿਆ, ਪੰਜਾਬ ਦਾ ਪੰਜਾਬ ਰਤਨ ਤੱਕ ਨਹੀਂ ਮਿਲਿਆ, ਕੋਈ ਚੀਜ਼ ਰਾਸ਼ਟਰਪਤੀ ਪੁਰਸਕਾਰ ਮਿਲ ਗਿਆ, ਮੋਦੀ ਜੀ ਨੇ ਸਨਮਾਨਿਤ ਕਰਤਾ ਸੈਂਟਰ ਨੇ, ਪਰ ਸਟੇਟ ਪਤਾ ਹੀ ਨਹੀਂ। ਪਤਾ ਕੰਮ ਸਾਰਿਆਂ ਨੂੰ ਹੈ, ਅਰੁਣ ਬਜਾਜ ਕੌਣ ਹੈ, ਜਿੰਨੇ ਉੱਥੇ ਬੈਠੇ ਹੈ, ਜਿੰਨੇ ਉਹਦੇ MLA ਬੈਠੇ ਹੈ, ਜਿੰਨੇ MP ਬੈਠੇ ਹੈ, ਸਭ ਨੂੰ ਪਤਾ ਅਰੁਣ ਬਜਾਜ ਕੌਣ ਹੈ, ਪਰ ਕੋਈ ਕਰਕੇ ਰਾਜੀ। ਮੈਂ ਦਰਬਾਰ ਸਾਹਿਬ ਦੀ ਫੋਟੋ ਬਣਾਉਣੀ ਹੈ ਜੀ, ਮੇਰੇ ਮਨ ਦੀ ਹੈ ਕਿ ਗੋਲਡ ਲਗਾ ਕੇ, ਸੋਨਾ ਲਗਾ ਕੇ 10 ਫੁੱਟ ਦੀ ਫੋਟੋ ਬਣਾਉਣੀ ਹੈ, ਚਾਹੇ ਉਹਨੂੰ ਸਾਲ ਲੱਗੇ, ਜਾਂ 2 ਸਾਲ ਲੱਗਣ, ਜਾਂ 3 ਸਾਲ ਲੱਗਣ, ਉਹ ਮੇਰੀ ਮਨ ਦੀ ਤਮੰਨਾ ਕਿ ਉਹ ਮੈਂ ਬਣਾਉਣੀ ਹੈ, ਬਣਾ ਕੇ ਉਹਨੂੰ ਮਿਊਜ਼ੀਅਮ ਦੇ ਵਿੱਚ ਹੀ ਲਾਉਣੀ ਹੈ, ਚਾਹੇ ਉਰੇ ਲਾਵਾਂ, ਚਾਹੇ ਦਰਬਾਰ ਸਾਹਿਬ ਲਾਵਾਂ, ਚਾਹੇ ਕਿਤੇ ਵੀ ਲਾਵਾਂ, ਉਹ ਐਸੀ ਜਗ੍ਹਾ 'ਤੇ ਲਾਉਣੀ ਹੈ ਜਿੱਥੇ ਸਾਰੀ ਜ਼ਿੰਦਗੀ ਲੱਗੀ ਰਹੇ, ਉਹਨੂੰ ਕੋਈ ਹਿਲਾਵੇ ਨਾ। ਜਦ ਪਹਿਲਾਂ ਤਸਵੀਰਾਂ ਬਣਾਈਆਂ ਗੁਰੂ ਗੋਬਿੰਦ ਸਿੰਘ ਦੁੱਖ ਨਿਵਾਰਨ ਸਾਹਿਬ ਲਗਾ ਕੇ ਆਇਆ, ਅਗਲੇ ਦਿਨ ਕੋਈ ਲੈ ਗਿਆ, ਇੱਕ ਪਹਿਲੀ ਦੂਜੀ ਫੋਟੋ ਬਣਾਈ ਮੈਨੇ ਗੁਰੂ ਰਾਮਦਾਸ ਜੀ ਜੀ ਬਾਬਾ ਜੀ ਦੀ, ਉੱਥੇ ਅੰਮ੍ਰਿਤਸਰ ਤੋਂ ਕੋਈ ਲੈ ਗਿਆ, ਉਹ ਰਹਿੰਦੀ ਵੀ ਨਹੀਂ, ਚੀਜ਼ ਨਹੀਂ ਦਿੰਦੀ, ਕੋਈ ਲੈ ਜਾਂਦਾ ਨਹੀਂ। ਮੇਨ ਤੁਹਾਨੂੰ ਲੋਕ ਕਹਿੰਦੇ ਸਵੇਰੇ ਕਮਾਈਏ, ਸ਼ਾਮ ਨੂੰ ਪੈਸਾ ਮਿਲ ਜੇ, ਖਰਚੀਏ, ਖਾਈਏ, ਪੀਏ, ਐਸ਼ ਕਰੀਏ, ਮੇਰੇ ਵਾਲੇ ਕੰਮ 'ਚ ਇਹ ਚੀਜ਼ ਹੈ ਨਹੀਂ, ਮੇਰੇ ਵਾਲੇ ਕੰਮ 'ਚ ਬੰਦੀ 'ਚ ਇੱਕ ਵਾਰੀ ਬੈਠ ਗਏ, ਇਹ ਤਾਂ ਉਹਦੇ ਨਾਲ ਦੀਵਾਨਗੀ ਹੈ ਨਾ, ਜਿਹਨੂੰ ਜਿਹੜਾ ਮੈਡੀਟੇਸ਼ਨ ਕਰਦਾ, ਭਗਤੀ ਕਰਦਾ, ਜਾਂ ਉਹਦੇ ਨਾਲ ਜੁੜ ਕੇ ਰਹਿੰਦਾ, ਉਹ ਕਰ ਸਕਦਾ ਹੈ, ਹਰ ਕੋਈ ਨਹੀਂ। ਇਹ ਦੱਸੋ ਕੁਆਲਿਟੀ ਕਿੱਥੇ ਕਿੱਥੇ ਮਿਲਣ। ਬਜਾਜ ਸਰ, ਜਿਵੇਂ ਬਹੁਤ ਲੋਕ ਨੇ ਜਿਹੜੇ ਕਹਿੰਦੇ ਯਾਰ ਮੇਰੇ ਕੋਲ ਪਰਮਾਤਮਾ ਨੇ ਮੈਨੂੰ ਗੁਣ ਤਾਂ ਦੇਤਾ, ਪਰ ਮੈਂ ਗੁਣ ਕਿਸੇ ਨੂੰ ਨਹੀਂ ਦੇ ਸਕਦਾ ਗਾ, ਲੋਕ ਗੁਣ ਦੀ ਕਦਰ ਨਹੀਂ ਕਰਦੇ, ਇਹ ਕੀ ਮਸਲਾ ਹੁੰਦਾ ਵੀ ਬੰਦੇ ਦੇ ਅੰਦਰ ਹਉਮੈ ਹੰਕਾਰ ਹੁੰਦਾ ਜਿਹੜਾ ਗੁਣ ਨਹੀਂ ਦਿੰਦਾ ਕਿ ਲੋਕ ਸਿੱਖਦੇ ਨਹੀਂ? ਨਹੀਂ ਜੀ ਨਹੀਂ, ਕਈ ਲੋਕ ਐਸੇ ਵੀ ਹੁੰਦੇ ਆ ਜਿਹੜੇ ਦੇਣੇ ਨਹੀਂ ਚਾਹੁੰਦੇ, ਅਗਲਾ ਕਹਿੰਦਾ ਮੈਂ ਹੀ ਮੈਂ ਰਵਾਂ ਕਿ ਮੇਰੇ ਤੋਂ ਉੱਪਰ ਨਾ ਕੋਈ ਆ ਜੇ, ਤੁਹਾਡੇ 'ਚ ਤਾਂ ਨਹੀਂ ਇਹ ਗੱਲ ਆਈ ਕਦੇ? ਮੈਂ ਤਾਂ ਕਹਿ ਰਿਹਾ ਜੀ, ਮੈਂ ਤਾਂ ਸਿਖਾਉਂਦਾ ਵੀ ਰਿਹਾ, 8-10 ਚੇਲੇ ਕੰਮ ਸਿੱਖ ਕੇ ਜਾ ਚੁੱਕੇ ਆ, ਪਰ ਫੋਟੋਆਂ ਨਹੀਂ ਬਣਦੀਆਂ। ਹੁਣ ਮੈਂ ਕਿਵੇਂ ਟਾਈਮ ਲਗਾਵਾਂ ਇਹਦੇ ਵਿੱਚ? ਤਾਂ ਬੰਦੇ ਨੂੰ ਕਾਫੀ ਸਾਲ ਕੱਟਣੇ ਪੈਣੇ ਆ, ਦਿਨ ਰਾਤ ਮਰਨਾ ਪੈਣਾ, ਉਹਨੂੰ ਸਿਖਾਵਾਂਗਾ, ਬੈਠਾਂਗਾ ਉਹਦੇ ਸਿਰ ਦੇ ਉੱਪਰ, ਤਾਂ ਜਾ ਕੇ ਕਰੇਗਾ, ਪੁੱਤ ਇੱਦਾਂ ਕਰ, ਇੱਦਾਂ ਕਰ, ਇੱਦਾਂ ਕਰ, ਪਰ ਉਹ ਇੰਨੀ ਦੇਰ ਬੈਠਣ ਵਾਲਾ ਕੋਈ ਬੰਦਾ ਵੀ ਤਾਂ ਚਾਹੀਦਾ ਨਾ, ਜਿਹੜਾ ਲਗਾਤਾਰ ਇੱਕ ਚੀਜ਼ ਦੇ ਉੱਪਰ ਇੱਕ ਸਾਲ ਬੈਠਾ ਰਹੇ। ਪਰ ਇੰਡੀਆ 'ਚ ਹੋਰ ਕੋਈ ਇਸ ਗੁਣ ਵਾਲਾ ਹੈ ਹੀ ਨਹੀਂ, ਤੁਹਾਨੂੰ ਕੀ ਲੱਗਦਾ ਵੀ ਗੁਣ ਕਿਵੇਂ ਆਪਦੇ ਗੁਣ ਨੂੰ ਤੁਸੀਂ ਲੋਕਾਂ ਤੱਕ ਕਿਵੇਂ ਪਹੁੰਚਾ ਸਕਦੇ? ਦੇਖੋ ਜੀ, ਅਗਰ ਸਰਕਾਰ ਮੈਨੂੰ ਸਾਥ ਦੇਵੇ ਜਾਂ ਕੋਈ ਮੇਰੇ ਨਾਲ ਸਾਥ ਦੇਵੇ, ਤਾਂ ਮੈਂ ਇੰਸਟੀਟਿਊਟ ਖੋਲ੍ਹ ਕੇ ਉਹਨੂੰ ਅੱਗੇ ਸਿਖਾ ਪਾਵਾਂ। ਮੈਨੇ ਤਾਂ ਪੈਸਾ ਨਹੀਂ ਕਦੀ ਲਿਆ, ਨਾ ਮੈਨੇ ਅੱਗੇ ਕਦੀ ਲੈਣਾ, ਨਾ ਮੈਨੇ ਇੰਸਟੀਟਿਊਟ ਦਾ ਕਦੀ ਕੋਈ ਪੈਸਾ ਲੈਣਾ। ਜਿਵੇਂ ਮੇਰੇ ਕੋਲ ਕੰਮ ਨਹੀਂ ਹੈ, ਹੁਣ ਮੈਂ 6 ਮਹੀਨੇ 4 ਮਹੀਨੇ ਕੋਲ ਨਹੀਂ ਆਰਡਰ ਆ ਰਿਹਾ, ਤਾਂ ਮੈਂ ਆਪਣਾ ਇੰਸਟੀਟਿਊਟ ਖੋਲ੍ਹਾਂ, ਮੇਰੇ ਕੋਲ ਤਾਂ ਢੇਰ ਲੱਗ ਜਾਏਗਾ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਾਂ। ਮੈਨੇ ਕੀ ਰੱਖਣਾ, 3 ਮਹੀਨੇ ਦਾ, 6 ਮਹੀਨੇ ਦਾ, ਸਾਲ ਦਾ? ਮੈਂ ਲੱਖ ਲੱਖ ਰੁਪਇਆ ਇਕੱਠਾ ਕਰ ਲਾਂਗਾ ਸਾਲ ਦਾ ਆਰਾਮ ਨਾਲ। ਮੈਨੂੰ 30,000 ਰੁਪਇਆ ਮਹੀਨਾ ਦੇਣ ਨੂੰ ਤਿਆਰ ਬੈਠੇ ਆ ਲੋਕ, ਪਰ ਉਹ ਕਿਆ, ਉਹ ਪੈਸਾ ਸਿਖਾਈ ਦਾ, ਆਪਣਾ ਗੁਣ ਦੇਣਾ, ਉਹਦਾ ਪੈਸਾ ਲਵਾਂ? ਵਿਚਾਰੇ ਕੋਈ ਐਸੇ ਟੁੱਟੇ ਹੋਏ ਆਣਗੇ, ਉਹਨਾਂ ਤੋਂ ਮੈਂ ਪੈਸੇ ਕਿਵੇਂ ਲੈ ਲਾਂ? ਹੁਣ ਜਿੰਨਾ ਕੁ ਹੁੰਦਾ ਮੈਂ ਉਨਾ ਕੁ ਤਾਂ ਸਿਖਾ ਰਿਹਾ, ਪਰ ਜਦ ਉਹ ਸਰਕਾਰ ਸਪੋਰਟ ਦੇ ਨਾਲ ਇੰਸਟੀਟਿਊਟ ਦੀ ਜਗ੍ਹਾ ਦੇ, ਫਿਰ ਮੈਂ ਆਪਣੇ ਵੱਲੋਂ ਜ਼ੋਰ ਲਗਾ ਸਕਦਾ ਕਿ ਫਿਰ ਉਹਨਾਂ ਨੂੰ ਮੈਂ ਦੱਸ ਸਕਦਾ ਕਿ ਕਿਵੇਂ ਕਰੋ, ਕਿਵੇਂ ਨਾ ਕਰੋ। ਮੇਰੇ ਕੋਲ ਕੋਈ ਸਹੂਲਤ ਨਹੀਂ, ਮੇਰਾ ਆਪਣਾ ਚਲਾਵਾਂ ਜਾਂ ਮੈਂ ਉਹਨਾਂ ਦਾ ਕਰਾਂ? ਨੈਸ਼ਨਲ ਲੈਵਲ 'ਤੇ ਤਾਂ ਜਾਵੜੇ, ਪੰਜਾਬ ਦੀ ਸਰਕਾਰ ਨੇ ਕਦੇ ਕਿਹਾ ਵੀ ਆਪ ਹੀ ਬਜਾਜ ਸਾਹਿਬ? ਨਾ ਜੀ ਨਾ, ਸਾਰੀਆਂ ਸਰਕਾਰਾਂ ਆ ਕੇ ਚਲੀ ਗਈਆਂ, ਚਾਹੇ ਕਾਂਗਰਸ, ਚਾਹੇ ਆਮ ਆਦਮੀ ਪਾਰਟੀ, ਚਾਹੇ ਅਕਾਲੀ ਪਾਰਟੀ, ਸਭ ਆ ਕੇ ਚਲੇ ਗਏ, ਸਭ ਨੇ ਦੇਖ ਲਿਆ ਕੰਮ, ਸਭ ਦੇ ਕੋਲ ਫੋਟੋਆਂ ਲੱਗੀਆਂ ਪਈਆਂ, ਪਰ ਕੋਈ ਪੁੱਛਦਾ ਨਹੀਂ ਹੈ, ਕੋਈ ਦੇਖਦਾ ਨਹੀਂ ਹੈ, ਕੋਈ ਸਟੇਟ ਅਵਾਰਡ ਤੱਕ ਨਹੀਂ ਮਿਲਿਆ ਅੱਜ ਤੱਕ, ਪੰਜਾਬ ਦਾ ਪੰਜਾਬ ਰਤਨ ਤੱਕ ਨਹੀਂ ਮਿਲਿਆ ਕੁਛ ਵੀ। ਹਾਂ, ਰਾਸ਼ਟਰਪਤੀ ਪੁਰਸਕਾਰ ਮਿਲ ਗਿਆ,
ਮੋਦੀ ਜੀ ਨੇ ਸਨਮਾਨਿਤ ਕਰਤਿਆ ਸੈਂਟਰ ਨੇ, ਪਰ ਸਟੇਟ ਪਤਾ ਹੀ ਨਹੀਂ। ਪਤਾ ਕੰਮ ਸਾਰਿਆਂ ਨੂੰ ਹੈ, ਅਰੁਣ ਬਜਾਜ ਕੌਣ ਹੈ, ਜਿੰਨੇ ਉੱਥੇ ਬੈਠੇ ਹੈ, ਜਿੰਨੇ ਉਰੇ ਐਮ ਐਲ ਏ ਬੈਠੇ ਹੈ, ਜਿੰਨੇ ਐਮ ਪੀ ਬੈਠੇ ਹੈ, ਸਭ ਨੂੰ ਪਤਾ ਅਰੁਣ ਬਜਾਜ ਕੌਣ ਹੈ। ਪਰ ਕੋਈ ਕਰਕੇ ਰਾਜੀ, ਫਾਈਲਾਂ ਐਵੇਂ ਰੁਲਦੀਆਂ ਪਈਆਂ, ਫਾਈਲਾਂ ਦੇ ਦੇ ਕੇ ਆਈ ਜਾਂਦਾ, ਫਾਈਲਾਂ ਰੁਲੀ ਜਾਂਦੀਆਂ, ਚੈੱਕ ਵੀ ਨਹੀਂ ਕਰਦੇ, ਦੇਖਦੇ ਵੀ ਨਹੀਂ, ਕੋਈ ਪ੍ਰਤੀਤ ਨਹੀਂ ਹੋ ਰਹੀ, ਨਹੀਂ ਜੀ ਨਹੀਂ, ਮਤਲਬ ਹੀ ਨਹੀਂ। ਤਾਂ ਹੀ ਤਾਂ ਇਹਨਾਂ ਕੋਲ ਸਰਕਾਰ ਕੋਲੋਂ ਮੰਨ ਹੀ ਨਹੀਂ ਰਿਹਾ, ਹੁਣ ਸਰਕਾਰ ਤੋਂ ਕੀ ਲਈਏ ਅੱਗੇ? ਕੀ ਪ੍ਰੋਜੈਕਟ ਲੱਗਦਾ ਵੀ ਆਹ ਮਨ ਦੀ ਤਮੰਨਾ ਵੀ ਆਹ ਬਣਾਉਣਾ ਯਾਰ? ਮੈਂ ਦਰਬਾਰ ਸਾਹਿਬ ਦੀ ਫੋਟੋ ਬਣਾਉਣੀ ਹੈ ਜੀ, ਮੇਰੇ ਮਨ ਦੀ ਹੈ ਕਿ ਗੋਲਡ ਲਗਾ ਕੇ ਸੋਨਾ ਲਗਾ ਕੇ 10 ਫੁੱਟ ਦੀ ਫੋਟੋ ਬਣਾਉਣੀ ਹੈ ਮੈਨੇ, ਚਾਹੇ ਉਹਨੂੰ ਸਾਲ ਲੱਗੇ ਜਾਂ 2 ਸਾਲ ਲੱਗਣ ਜਾਂ 3 ਸਾਲ ਲੱਗਣ, ਉਹ ਮੇਰੀ ਮਨ ਦੀ ਤਮੰਨਾ ਕਿ ਉਹ ਮੈਂ ਬਣਾਉਣੀ ਹੈ, ਬਣਾ ਕੇ ਉਹਨੂੰ ਮਿਊਜ਼ੀਅਮ ਦੇ ਵਿੱਚ ਹੀ ਲਾਉਣੀ ਹੈ, ਚਾਹੇ ਉਰੇ ਲਾਵਾਂ, ਚਾਹੇ ਦਰਬਾਰ ਸਾਹਿਬ ਲਾਵਾਂ, ਚਾਹੇ ਕਿਤੇ ਵੀ ਲਾਵਾਂ, ਉਹ ਐਸੀ ਜਗ੍ਹਾ 'ਤੇ ਲਾਉਣੀ ਹੈ ਜਿੱਥੇ ਸਾਰੀ ਜ਼ਿੰਦਗੀ ਲੱਗੀ ਰਹੇ, ਉਹਨੂੰ ਕੋਈ ਹਿਲਾਵੇ ਨਾ। ਕਿਉਂਕਿ ਮੈਂ ਜਦ ਪਹਿਲਾਂ ਤਸਵੀਰਾਂ ਬਣਾਈਆਂ ਗੁਰੂ ਗੋਬਿੰਦ ਸਿੰਘ ਜੀ ਦੁੱਖ ਨਿਵਾਰਨ ਸਾਹਿਬ ਲਗਾ ਕੇ ਆਇਆ, ਅਗਲੇ ਦਿਨ ਕੋਈ ਲੈ ਗਿਆ, ਇੱਕ ਪਹਿਲੀ ਦੂਜੀ ਫੋਟੋ ਬਣਾਈ ਮੈਨੇ ਗੁਰੂ ਰਾਮਦਾਸ ਜੀ ਜੀ ਬਾਬਾ ਜੀ ਦੀ, ਉੱਥੇ ਅੰਮ੍ਰਿਤਸਰ ਤੋਂ ਕੋਈ ਲੈ ਗਿਆ, ਉਹ ਰਹਿੰਦੀ ਹੋਈ ਨਹੀਂ ਚੀਜ਼, ਨਹੀਂ ਰਹਿੰਦੀ ਕੋਈ ਲੈ ਜਾਂਦਾ, ਚੀਜ਼ ਉੱਥੇ ਲੈ ਕੇ ਜਾਣੀ ਜਿੱਥੇ ਬਾਕੀ ਲਗਾ ਦੇਣ ਕਿ ਉਹ ਤੋਂ ਹਿੱਲੇ ਨਾ। ਉਹ ਚੀਜ਼ ਚਾਹੁੰਦਾ ਮੈਂ ਕਿ ਮੈਂ ਇੰਨਾ ਮਿਹਨਤ ਵੀ ਕਰਾਂ, ਇੰਨਾ ਪੈਸਾ ਵੀ ਲਾਵਾਂ, ਅਤੇ ਉੱਥੇ ਜਾ ਕੇ ਅਗਰ ਸ਼ਰਧਾ ਨਾਲ ਬੰਦਾ ਚੜ੍ਹਾ ਕੇ ਆਵੇ ਕਿ ਦੁਨੀਆ ਦੇਖੇ ਸਹੀ ਕਿ ਇਸਦੇ ਵਰਗੀ ਦੂਜੀ ਤਾਂ ਬਣਨੀ ਨਹੀਂ, ਬਿਲਕੁਲ, ਨਾਲੇ ਮੇਰੇ ਖੁਦ ਦਾ ਵਰਲਡ ਰਿਕਾਰਡ ਟੁੱਟ ਜਾਏਗਾ। 6 ਫੁੱਟ ਦੇ ਫੋਟੋ ਹੈ, 6x4 ਦੀ, ਇਹਦੇ ਮੈਨੂੰ 7 ਵਰਲਡ ਰਿਕਾਰਡ ਮਿਲੇ ਹੋਏ ਹੈ, 10 ਫੁੱਟ ਦੀ ਫੋਟੋ ਦਾ ਕਿਹੜਾ ਵਰਲਡ ਰਿਕਾਰਡ ਤੋੜ ਲੂਗਾ? ਨਾ ਮੈਂ ਆਪ ਤੋੜੂੰਗਾ, ਨਾ ਕਿਸੇ ਕੋਲੋਂ ਟੁੱਟਣਾ, ਕਿਹੜਾ ਬੈਠੂ 2-3 ਸਾਲ 4 ਸਾਲ ਫੋਟੋ ਦੇ ਉੱਪਰ, ਕੋਈ ਨਹੀਂ ਬੈਠਦਾ। ਦੇਖੋ ਜੀ, ਬੰਦਾ ਕਹਿੰਦਾ ਮੈਂ ਸਵੇਰੇ ਨਹੀਂ, ਮਿਹਨਤ ਨੂੰ ਲੋਕ ਕਹਿੰਦੇ ਸਵੇਰੇ ਕਮਾਈਏ, ਸ਼ਾਮ ਨੂੰ ਪੈਸਾ ਮਿਲ ਜਾਏ, ਖਰਚੀਏ, ਖਾਈਏ, ਪੀਏ, ਐਸ਼ ਕਰੀਏ, ਮੇਰੇ ਵਾਲੇ ਕੰਮ 'ਚ ਚੀਜ਼ ਹੈ ਨਹੀਂ, ਸਬਰ ਨਹੀਂ ਹੈ, ਮੇਰੇ ਵਾਲੇ ਕੰਮ 'ਚ ਬੰਦਿਸ਼ ਹੈ। ਇੱਕ ਵਾਰੀ ਬੈਠ ਗਏ, ਇਹ ਤਾਂ ਉਹਦੇ ਨਾਲ ਦੀਵਾਨਗੀ ਹੈ ਨਾ, ਜਿਹਨੂੰ ਜਿਹੜਾ ਮੈਡੀਟੇਸ਼ਨ ਕਰਦਾ, ਭਗਤੀ ਕਰਦਾ ਜਾਂ ਉਹਦੇ ਨਾਲ ਜੁੜ ਕੇ ਰਹਿੰਦਾ, ਉਹ ਕਰ ਸਕਦਾ ਹੈ, ਹਰ ਕੋਈ ਨਹੀਂ। ਇਹ ਦੱਸੋ ਕੁਆਲਿਟੀਆਂ ਕਿੱਥੇ ਕਿੱਥੇ ਮਿਲਣਗੀਆਂ? ਇੱਕ ਇਨਸਾਨ ਦੇ ਅੰਦਰ ਮੈਡੀਟੇਸ਼ਨ ਵੀ ਕਰਦਾ ਹੋਵੇ, ਸਬਰ ਉਹਦੇ ਅੰਦਰ ਬਹੁਤ ਹੋਵੇ, ਉਹਦੇ ਕੋਲ ਪੈਸਾ ਵੀ ਹੋਣਾ ਚਾਹੀਦਾ, ਕਿਉਂਕਿ ਘਰ ਦਾ ਖਰਚਾ ਵੀ ਤਾਂ ਚਲਾਏਗਾ ਜੋ ਇਹ ਸਿੱਖੇਗਾ। ਇਹ ਜਿਹਦੇ ਕੋਲ ਪੈਸਾ ਹੋਏਗਾ ਉਹਨੂੰ ਲੋੜ ਨਹੀਂ ਹੈ, ਜਿਹਦੇ ਕੋਲ ਪੈਸਾ ਹੈ ਨਹੀਂ ਉਹ ਕਿਵੇਂ ਕਰ ਲਿਆ, ਕਿਉਂਕਿ ਮੈਨੂੰ ਤਾਂ ਸ਼ਾਮ ਨੂੰ ਪੈਸੇ ਚਾਹੀਦੇ, ਮੇਰੇ ਘਰ ਦੀ ਰੋਟੀ ਨਹੀਂ ਬਣਦੀ। ਕਈ ਚੇਲਿਆਂ ਨੂੰ ਤਾਂ ਮੈਂ ਪੈਸੇ ਦਿੰਦਾ ਰਿਹਾ, ਮੈਂ ਸ਼ਾਮ ਨੂੰ ਕਿ ਆਪਣੇ ਘਰ ਦਾ ਖਰਚਾ ਚਲਾ ਲਓ, ਸਿੱਖਦੇ ਵੀ ਆ ਕੇ ਪੈਸੇ ਵੀ ਦਿੰਦਾ ਰਿਹਾ।